भी नहीं आया, बच्चा भी नहीं आया। अच्छा। ना किसी से पूछा भी क्या होया क्या नहीं होया, पे तू मरे का जींदे है का नहीं है। वोटा नू आदे साडे कोल नू हुण नहीं कोई साडे कोल पुछे। सिर पर आदमी भी नहीं है जिन्हें मदद कर देनी, मुंडा आया हो हया हल्का ही है। जे न्याणे ना होंदे सड़ गए ना टुटदा तो साडा मकान गया। किसी ने कोई पुज्या ही नहीं साडे ताई, कोई नहीं आया थोड़े कोल, कोई आया नहीं है। ਤਰੋਂ ਟੁੱਟ ਗਈ ਸੜਕ, ਜੇ ਨਾ ਟੁੱਟਦੀ ਇੱਧਰ ਨੂੰ ਆ ਜਾਣਾ ਸੀਗਾ ਤਾਂ ਸਾਡਾ ਸਭ ਕੁਝ ਜਾਣਾ ਦਾ, ਸਭ ਕੁਝ ਗਰਕ ਹੋ ਜਾਣਾ ਦਾ। ਕੱਲੀ ਕਰੀ ਆ ਮੈਂ, ਹੋਰ ਕੋਈ ਮੇਰੇ ਮੁੰਡਾ ਆਇਓ ਬਾਹਰ ਹੋਣੇ ਗਿਆ ਜੀ। ਤਾਂ ਬੇਲਾ ਧਿਆਨੀ ਲੋਅਰ ਪਿੰਡ ਦੇ ਵਿੱਚ ਖੜੇ ਆ, ਤਾਂ ਦੇਖ ਸਕਦੇ ਹੋ ਤੁਸੀਂ ਇਧਰਲੇ ਪਾਸੇ ਘਰ ਹੈ, ਘਰ ਦੇ ਸਾਹਮਣੇ ਹੀ ਬਿਲਕੁਲ ਨਾਲ ਹੀ ਆ ਸੜਕ ਦਾ ਜੋ ਹਾਲ ਕੀਤਾ ਸਤਲੁਜ ਦੇ ਪਾਣੀ ਨੇ, ਕਿਉਂਕਿ ਭਾਖੜਾ ਤੋਂ ਜਦੋਂ ਪਾਣੀ ਛੱਡਿਆ ਜਾਂਦਾ ਤਾਂ ਸਭ ਤੋਂ ਪਹਿਲੀ ਮਾਰ ਪੈਂਦੀ ਹੈ ਇਹਨਾਂ ਪਿੰਡਾਂ ਨੂੰ ਪੈਂਦੀ ਹੈ। ਤਾਂ ਘਰ ਵੀ ਤੁਹਾਨੂੰ ਦਿਖਾਵਾਂਗੇ, ਇਹਨਾਂ ਘਰਾਂ ਦੇ ਵਿੱਚ ਪਾਣੀ ਆ ਜਿਹੜਾ ਵੜਿਆ ਹੋਇਆ ਸੀ। ਤਾਂ ਲੋਕ ਨੇ ਜਿਹੜੇ ਇਸ ਹਾਲਤ ਦੇ ਨਾਲ ਨਜਿੱਠ ਰਹੇ ਸੀ, ਕਹਿੰਦੇ ਹੁਣ ਤੱਕ ਕੋਈ ਸਾਡੇ ਕੋਲ ਸਹਾਇਤਾ ਜਿਹੜੀ ਉਹ ਨਹੀਂ ਪੁੱਜੀ। ਤਾਂ ਇੱਧਰੋਂ ਇੱਕ ਵਾਰ ਮੈਂ ਕਹੂੰਗਾ ਜ਼ਰੂਰ ਦਿਖਾ ਦਿਓ ਗੁਰ ਸਾਹਿਬ, ਇਸ ਤਰੀਕੇ ਦੇ ਨਾਲ ਪਾਣੀ ਇੱਧਰਲੇ ਪਾਸਿਓਂ ਆਇਆ ਅਤੇ ਹੁਣ ਵੀ ਪਾਣੀ ਆ ਰਿਹਾ। ਜੀਰੀ ਪਲੀ ਹੋਈ ਸੀਗੀ ਅਤੇ ਬੂਝੇ ਨੇ ਜਿਹੜੇ ਉਸ ਤਰੀਕੇ ਨਾਲ ਲੈ ਗਿਆ, ਸਾਰਾ ਮਟੀਰੀਅਲ ਸੀਗਾ ਜਿਹੜਾ ਸੜਕ ਦਾ ਉਹ ਦੂਸਰੇ ਖੇਤਾਂ ਦੇ ਵਿੱਚ ਪੈ ਗਿਆ। ਤਾਂ ਇਸ ਤਰੀਕੇ ਦੇ ਹਾਲ ਨੇ ਜਿਹੜੇ ਸਤਲੁਜ ਦੇ ਪਾਣੀ ਨੇ ਕਰ ਦਿੱਤੇ ਨੇ। ਇੱਧਰ ਵਾਸ਼ਰੂਮ ਸੀ ਤਾਂ ਉਹ ਅਲੱਗ ਰਹਿ ਗਿਆ, ਇੱਧਰਲੇ ਪਾਸਿਓਂ ਕੰਧ ਸੀਗੀ ਜਿਹੜੀ ਬਾਉਂਡਰੀ ਵਾਲ ਸੀਗੀ ਜਿਹੜੀ ਉਹ ਢਹਿ ਚੁੱਕੀ ਆ, ਸਾਰਾ ਕੁਛ ਹੋ ਚੁੱਕਿਆ। ਮਾਤਾ ਜੀ ਇਹ ਕਦੋਂ ਹੋਇਆ? ਮਾਤਾ ਜੀ ਇਹ 5 ਵਜੇ ਹੋਇਆ, ਇਹ ਤਾਂ ਕੱਲ ਹੋਇਆ ਜੀ। ਹਾਂਜੀ ਹਾਂਜੀ, ਸ਼ਾਮੀ 5 ਵਜੇ ਟੀਨ ਤੇ ਟੀਨ ਵੀ ਡਿੱਗ ਗਈ, ਸਭ ਕੁਛ ਡਿੱਗ ਗਿਆ। ਅੱਛਾ, ਇੱਥੇ ਟੀਨਾਂ ਪਾਈਆਂ ਹੋਈਆਂ ਸੀਗੀ? ਟੀਨ ਤੇ ਪਾਈ ਆ, ਖਿੱਚ ਕੇ ਨਿਆਣਿਆਂ ਨੇ ਕੀਤੀ ਪਾਸੇ ਨੂੰ। ਹਾਂ ਹਾਂ, ਤਾਂ ਘਰੇ ਕੌਣ ਕੌਣ ਸੀਗਾ? ਘਰੀ ਮੈਂ ਉਸ ਵੇਲੇ ਸਾਰੇ ਥੇ ਇੱਥੇ, ਹੋਰ ਲੋਕ ਬਥੇਰੇ ਥੇ। ਤਾਂ ਭਈ ਜਿਸ ਵੇਲੇ ਡਿੱਗੀ ਉਸ ਵੇਲੇ ਦਾ ਕੋਈ ਪਤਾ ਨਹੀਂ ਲੱਗਿਆ ਵੀ ਕਿਆ ਹੋਇਆ ਕਿਆ ਨਹੀਂ ਹੋਇਆ, ਬਹੁਤ ਭਿਆਨਕ ਹੋਇਆ ਉਸ ਵੇਲੇ ਤਾਂ। ਹਾਂਜੀ, ਇੱਕਦਮ ਹੀ ਪਾਣੀ ਆ ਗਿਆ? ਇੱਕਦਮ ਹੀ ਆਇਆ ਪਾਣੀ, ਤਾਂ ਇੱਕਦਮ ਹੀ ਆਇਆ। ਅੱਛਾ, ਖੜਾ ਪਾਣੀ ਆਇਆ? ਅੱਛਾ, ਇੱਕਦਮ ਪਾਣੀ ਆਇਆ, ਕਿਉਂਕਿ ਤਾਂ ਹੀ ਇੰਨਾ ਨੁਕਸਾਨ ਕਰਕੇ। ਹਾਂ, ਇੰਨਾ ਨੁਕਸਾਨ ਹੋਇਆ, ਨਹੀਂ ਨੁਕਸਾਨ ਨਹੀਂ ਹੋਣਾ, ਜੇ ਥੋੜ੍ਹਾ ਰਹਿਮਾ ਆਉਂਦਾ ਨਾ ਪਾਣੀ ਤਾਂ ਨਹੀਂ ਨੁਕਸਾਨ ਹੋਣਾ, ਤਾਂ ਖੜਾ ਪਾਣੀ ਆਇਆ ਇਹ। ਇੱਕ ਵਾਰੀ ਅੱਗਾ ਡਿੱਗ ਲਈ ਇਹ, ਫਿਰ ਜਿਹਨਾਂ ਨੇ ਖੜੇ ਕੀਤੇ ਹੁਣ ਫਿਰ ਡਿੱਗ ਗਏ, ਫਿਰ ਹੁਣ ਕਿਆ ਕਰ ਸਕਦੇ। ਕਦੋਂ ਪਹਿਲਾਂ ਕਦੋਂ ਢਿਆ ਸੀਗਾ? ਇਹ ਨਹੀਂ ਢੇ ਨੇ, ਇੱਥੇ ਮੋਹਰੇ ਨਾ ਜਿੱਦਾਂ ਸੜਕ ਸੀ ਉਹ ਟੁੱਟ ਗਈ, ਤਾਂ ਫਿਰ ਸਾਡਾ ਮਕਾਨ ਬਚ ਗਿਆ। ਫਿਰ ਹੁਣ ਤਾਂ ਸਭ ਵਾਰ ਤਾਂ ਮੰਨ ਲਓ ਸਾਰੇ ਹੀ ਚੱਕਦਾ। ਹਾਂਜੀ ਹਾਂਜੀ, ਸਭ ਕੁਛ ਹੀ ਲੈ ਗਿਆ, ਹੁਣ ਤਾਂ ਸਾਰਾ ਨੁਕਸਾਨ। ਉਹ ਇੱਥੇ ਕਿਸੇ ਨੇ ਕੋਈ ਪੁੱਜਿਆ ਹੀ ਨਹੀਂ ਸਾਡੇ ਤਾਂ, ਕੋਈ ਨਹੀਂ ਆਇਆ ਤੁਹਾਡੇ ਕੋਲ, ਕੋਈ ਆਇਆ ਹੀ ਨਹੀਂ ਹੈ। ਤੁਹਾਨੂੰ ਮੈਂ ਦੱਸਾਂ ਦੇ ਵਿੱਚ ਕਹਿੰਦੇ ਪਾਣੀ ਬੜਿਆ ਰਿਹਾ ਤੁਹਾਡੇ? ਹਾਂਜੀ ਹਾਂਜੀ, ਆ ਸਾਡਾ ਮੋਹਰਾ ਪਾਣੀ, ਉਹ ਪਾਣੀ ਦਾ ਸਾਡਾ। ਅੱਛਾ, ਹਾਂ ਸੜ ਤੇ ਪਾਣੀ ਦਾ। ਜੇ ਨਿਆਣੇ ਨਾ ਹੁੰਦੇ ਸੜ ਗਏ ਨਾ ਟੁੱਟਦਾ ਤਾਂ ਸਾਡਾ ਮਕਾਨ ਗਿਆ। ਹਾਂ, ਅੱਛਾ, ਜੇ ਇਹ ਇੱਧਰਲੇ ਪਾਸਿਓਂ ਉੱਧਰੋਂ ਟੁੱਟ ਗਈ ਸੜਕ, ਜੇ ਨਾ ਟੁੱਟਦੀ ਇੱਧਰ ਨੂੰ ਆ ਜਾਣਾ ਸੀਗਾ ਤਾਂ ਸਾਡਾ ਸਭ ਕੁਛ ਜਾਣਾ ਦਾ, ਸਭ ਕੁਛ ਗਰਕ ਹੋ ਜਾਣਾ ਦਾ। ਕੱਲੀ ਘਰੀ ਆ ਮੈਂ, ਹੋਰ ਕੋਈ ਮੇਰੇ ਮੁੰਡਾ ਆਇਓ ਬਾਹਰ ਹੋਣੇ ਗਿਆ ਹੀ ਹੈ। ਅੱਛਾ, ਤੁਸੀਂ ਇਕੱਲੇ ਹੀ ਹੁੰਦੇ ਹੋ ਘਰੀ? ਇਕੱਲੀ ਹੋਈ ਹੈ ਮੈਂ। ਹਾਂ, ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ? ਕੋਈ ਨਹੀਂ ਆਇਆ, ਬੱਚਾ ਵੀ ਨਹੀਂ ਆਇਆ, ਨਾ ਕਿਸੇ ਸਾਨੂੰ ਪੁੱਛਿਆ ਵੀ ਕਿਆ ਹੋਇਆ ਕਿਆ ਨਹੀਂ ਹੋਇਆ, ਤੇ ਤੁਸੀਂ ਮਰੇ ਕਿ ਜੀਂਦੇ ਹੈ ਕਿ ਨਹੀਂ ਹੈ, ਕਿਸੇ ਨੇ ਨਹੀਂ ਸਾਨੂੰ ਪੁੱਛਿਆ। ਵੋਟਾਂ ਨੂੰ ਆਉਂਦੇ ਸਾਡੇ ਕੋਲ ਨੂੰ ਹੁਣ ਨਹੀਂ ਕੋਈ ਸਾਡੇ ਕੋਲ ਪੁੱਜਿਆ। ਵੋਟਾਂ ਲੈਣ ਆ ਜਾਂਦੇ ਨੇ ਵੈਸੇ? ਹਾਂ ਹਾਂ, ਨਾ ਲੋੜ ਪਈ ਤੇ ਨਹੀਂ ਨਾ ਲੋੜ ਪਈ ਤੇ ਹੁਣ ਨਹੀਂ ਆਇਆ ਕੋਈ ਵੀ। ਪਹਿਲਾਂ ਘਰ ਪਾਇਆ ਕਦੋਂ ਸੀਗਾ ਤੁਸੀਂ ਇਹ? ਕਾਫੀ ਦੇਰ ਹੋ ਗਏ, 8-10 ਸਾਲ ਹੋ ਗਏ। ਹਾਂ ਹਾਂਜੀ ਹਾਂਜੀ, ਮਕਾਨ ਤਾਂ ਪੈਂਦਾ ਹੀ ਇੱਕ ਵਾਰ ਜ਼ਿੰਦਗੀ 'ਚ ਮਸੀ ਹੈ ਨਾ, ਉਹ ਵੀ ਮਸੀ ਬਹੁਤ ਸਿਰ ਪਰ ਆਦਮੀ ਵੀ ਨਹੀਂ ਹੈ ਜਿਹਨੇ ਮਦਦ ਕਰ ਦੇਣੀ, ਮੁੰਡਾ ਆਇਆ ਉਹ ਹਜੇ ਹਲਕਾ ਹੀ ਹੈ, ਉਹ ਵੀ ਹੁਣ ਗਿਆ ਬਾਹਰ ਨੂੰ, ਤਾਂ ਹੁਣ ਉਹ ਵੀ ਬਾਹਰ ਬੈਠਾ ਕਈ ਜਿਹੜੇ ਕੁਛ ਨਹੀਂ ਹੋਇਆ, ਮੰਮੀ ਕੁਛ ਨਹੀਂ ਹੋਇਆ। ਜ਼ਮੀਨ ਹੈਗੀ ਆ ਤੁਹਾਡੇ ਕੋਲ? 3 ਕਨਾਲਾਂ ਜ਼ਮੀਨ ਹੈ ਸਾਰੀ। ਹਾਂਜੀ ਹਾਂਜੀ, ਉਹ ਵੀ ਸਾਰਾ ਤਬਾਹ ਹੋ ਗਿਆ? ਆਹੀ ਹੈ ਪਿੱਛੇ ਹੀ, ਬਸ ਆਹੀ ਹੈ, ਪਾਣੀ ਸੀ ਉਹ ਵੀ ਡੁੱਬਿਆ ਵਾ। ਹਾਂਜੀ,
देख सकते हो तुम किस तरीके के हालात ने जोड़े बने हुए हैं। पिंडा के भाखड़ा के पानी ने सब तो पहली मार इतने करनी होंगी है तो पहला पानी आता जोड़ा इतने नहीं आता दो पुलिया उधर है उन्होंने पानी नहीं वो लोग बंद करती अपन पुलिया नुकसान हो गया। हां पुलिया उपर भी है पर उन्होंने बंद कर लिया बंद करने करके सारा पानी इस एरिए पै गया सारा नुकसान देखते देखते हो गया। दुनिया ने साथ बसेरा दिता पर कोई भी प्रशासन वाला उरे नहीं पहुंचा साडे पास लोग अपने पिंड के लोग नाल दे पिंडां दे लोग सारे लोग आए इत्थे सारे ने जिन्ना बचा कर सके उन्ना करता पर बाहर तो कोई बंदा नहीं प्रशासन का कोई भी ले आया नहीं वोटां दे समय हरेक पड़ जांदा उरे आ गए। हाँ जी वोटां उही कहने हुंदे आ जी वोटां दे विच वोटां जाके लोग भी भुल जांदे ने लोगों नूं याद रखना चाहिए वोटां च पर वोटा च तो याद रखते हैं जी बाद तो कोई नहीं याद रखता है लोगों को भी याद रखना चाहिए भी जेडे साडे को वोटा मंगन आते हैं भी साडे नाल माड़े वक्त च खड़े सी का नहीं खड़े चलो अस की दुनिया में यह भी चल बदला लिया के देखना देख लिया बदला लिया के ये बदला की निशानी है सारी है ठीक है जी तो देख सकते हो तुम ये तबाही का मंजर है जरा माता जी कल ही ने इतने तो जो पानी आया उदो भी कल ही सके जे आ ना टुटता इधरले पासे नूं आ जाना सी तां उह भी सारा हैगा जिहड़ा सड़क टुट के उहदे जिहड़े बट्टे पाए हुए सीगे जां मटीरियल सीगा सारा सारा उह दूसरे खेतां दे विच जा वड़िया तां प्रशासन नाल गिला कर रहे ने कहिंदे प्रशासन दे विचों कोई नहीं आया लोकां दे नाल सिर्फ लोक ही खड़ रहे ने तां इस तरीके दे नाल तबाही दा जिहड़ा मंजर है तुसीं देख सकदे हो नंगल दे नाल लगदे पिंड ने इह ते सब तो पहली मार जिहड़ी भाखड़ा दे पाणी दी पैंदी आ तां इहनां पिंडां नूं पैंदी आ उधरले पासिओं सड़क है जिहड़ी कंध है वह टुट चुकी आ परले पासिओं भी तुसीं देख सकदे हो किन्नी धसी हुई आ उधरले पासे नूं उह भी टुटूगी तां इधरों मिट्टी दा खोर किन्नी पई हुई आ मिट्टी खोर के पाणी उधरले पासे नूं लै गया सड़क भी तोड़ गया तां कनैक्टिविटी आ जिहड़ी अगले पिंडां दी इत्थों टुट चुकी आ ते इस घर नूं जिहड़ी मार पई आ पाणी दी तां प्रशासन दे नाल जरूर गिला लोकां दा कहिंदे प्रशासन दे विचों कोई नहीं खड़िया लोक ही आ के खड़े ने लोकां ने सार लई आ तां लोड़ आ कितना किते अजिहे समय दे विच लोकां दे नाल खड़ीए। कैमरा परसन गुरसाहिब दे नाल मैं राजवीर सिंह प्रो पंजाब टीवी।